ਪਰਮ ਸਤਿਕਾਰਯੋਗ ਗੁਰੂ ਸਵਾਰੇ ਗੁਰੂ ਖਾਲਸਾ ਸੰਗਤ ਜੀਓ ਸਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਚਾਰ ਪੈਰ ਦਿਨ ਦੇ ਸੁੱਖ ਅੰਦੇ ਬਤੀਤ ਹੋਏ ਨੇ, ਚਾਰ ਪੈਰ ਰਾਤ ਦੇ ਆਏ ਨੇ। ਸੰਧਿਆ ਦੇ ਸਮੇਂ ਸਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਇਲਾਹੀ ਬਾਣੀ ਤੁਰਕੀ ਬਾਣੀ ਸੋਧਰ ਰਹਿਰਾ ਸਾਹਿਬ ਦੀ ਪਵਿੱਤਰ ਬਾਣੀ ਦੇ ਪਾਠ ਹੋਏ ਨੇ। ਆਪ ਜੀ ਨੇ ਬੜੀ ਸ਼ਰਧਾ ਤੇ ਭਾਵਨਾ ਨਾਲ ਪਵਿੱਤਰ ਬਾਣੀ ਨੂੰ ਸਰਵਣ ਕੀਤਾ ਹੈ। ਸਹਿਬ ਜੀ ਕਿਰਪਾ ਕਰਨ, ਦਾਰੇ ਆਈਆਂ ਸੰਗਤਾਂ ਦੀ ਦਰਹਾਦਰੀ ਪ੍ਰਵਾਨ ਕਰਨ। ਹੁਣ ਸਮਾਂ ਹੋਇਆ ਹੈ ਢਾਡੀ ਵਾਰ ਦਾ। ਜਿਤਨੀਆਂ ਸੰਗਤਾਂ ਗੁਰਦੇਵ ਦੇ ਚਰਨਾਂ ਵਿੱਚ ਹਾਜ਼ਰ ਨੇ ਜਾਂ ਜਿੱਥੋਂ ਤੱਕ ਆਵਾਜ਼ ਪਹੁੰਚ ਰਹੀ ਹੈ, ਇੱਕੋ ਵਾਰ ਕਹਿਣ ਦੇ ਸਹਿਬੇ ਕਮਾਲ ਮਰਦੇ ਗੰਬੜੇ ਸਰਵਤ ਸਦਾਮੀ ਅੰਮ੍ਰਿਤ ਦੇ ਦਾਤੇ ਨੀਲੇ ਦੇ ਸ਼ਾਹ ਸਵਾਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਚੜ੍ਹਦੀ ਕਲਾ ਦੀ ਪ੍ਰਤੀਕ ਗੁਰਫਤਿਹ ਪ੍ਰਵਾਨ ਕਰਕੇ ਆਗਿਆ ਬਖਸ਼ਿਸ਼ ਕਰਿਓ ਜੀ। ਪਿਆਰ ਤੇ ਸਤਿਕਾਰ ਨਾਲ ਸਰਵਤ ਮਾਈ ਭਾਈ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਮਵਾਰ ਦੇ ਸ਼ਾਮ ਦੇ ਦੀਵਾਨ ਤੋਂ ਅੱਜ ਦੇ ਦੀਵਾਨ ਤੱਕ ਆਪਾਂ ਸਿੱਖ ਇਤਿਹਾਸ ਦੀ ਇੱਕ ਮਹਾਨ ਘਟਨਾ ਜਿਸ ਨੂੰ ਵੱਡੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ ਹੈ, ਉਸ ਨੂੰ ਢਾਡੀ ਵਾਰ ਰਾਹੀਂ ਸੁਣਦੇ ਸੁਣਾ ਰਹੇ ਹਾਂ। ਕੱਲ ਦੇ ਦੀਵਾਨ ਵਿੱਚ ਇੱਥੋਂ ਤੱਕ ਆਪਾਂ ਵਿਚਾਰਾਂ ਸਾਂਝੀਆਂ ਕੀਤੀਆਂ ਸਨ। ਅਹਿਮਦ ਸ਼ਾਹ ਅਬਦਾਲੀ ਜੀ ਨੇ ਆਪਣੇ ਦੂਤ ਸ਼ਾਹੀ ਰੰਗਤ ਵਿੱਚ ਰੰਗ ਕੇ ਸ਼ਾਹੀ ਠਾਠ ਵਾਠ ਨਾਲ ਸਜਾ ਵਟਾ ਕੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਭੇਜਣੇ ਕੀਤੇ ਨੇ। ਉਹ ਨੀਤਕ ਚਾਹ ਨਾਲ ਖਾਲਸੇ ਨੂੰ ਆਪਣੇ ਗੁਲਾਮ ਬਣਾਉਣਾ ਚਾਹੁੰਦਾ ਸੀ। ਜਿਵੇਂ ਉਹ ਅੱਗੇ ਰਾਜਿਆਂ ਮਹਾਰਾਜਿਆਂ ਦੇ ਹੋਰਨਾਂ ਬਾਦਸ਼ਾਹਾਂ ਦੇ ਦਰਬਾਰ ਵਿੱਚ ਆਪਣੇ ਸ਼ਾਹੀ ਦੂਤ ਭੇਜ ਕੇ ਉਹਨਾਂ ਉੱਤੇ ਆਪਣਾ ਰੋਹ ਪਾਉਂਦਾ ਸੀ, ਤੇ ਜਿਹੜਾ ਨਹੀਂ ਵੀ ਸੀ ਚਾਹੁੰਦਾ ਉਹ ਵੀ ਅਬਦਾਲੀ ਦੀ ਈਨ ਮੰਨਣ ਲਈ ਤਿਆਰ ਹੋ ਜਾਇਆ ਕਰਦਾ ਸੀ। ਇੱਕ ਐਸੀ ਚਾਲ ਸੀ ਕਿ ਖਾਲਸਾ ਕੌਮ ਬੜੀ ਬਹਾਦਰ ਕੌਮ ਹੈ, ਜੰਗਜੂ ਕੌਮ ਹੈ, ਅਣਖ ਤੇ ਗੈਰਤ ਵਾਲੀ ਕੌਮ ਹੈ। ਮੈਂ ਇਹਨਾਂ ਨੂੰ ਸ਼ਾਇਦ ਲੜਕੇ ਤੇ ਗੁਲਾਮ ਨਾ ਕਰ ਸਕਾਂ, ਇਹਨਾਂ ਨੂੰ ਮੈਦਾਨੇ ਜੰਗ ਵਿੱਚ ਤੇ ਮੈਂ ਸ਼ਿਕਸਤ ਨਾ ਦੇ ਸਕਾਂ। ਹੁਣ ਇੱਕੋ ਇੱਕ ਦਾ ਹੈ ਕਿ ਜੇ ਇਹ ਮੇਰੀ ਈਨ ਮੰਨ ਲੈਣ ਤੇ ਮੈਂ ਥੋੜ੍ਹਾ ਜਿਹਾ ਇਹਨਾਂ ਨੂੰ ਲਾਲਚ ਦੇ ਕੇ ਆਪਣੇ ਅਧੀਨ ਕਰ ਲਾਂ। ਅਬਦਾਲੀ ਆਪਣੀ ਚਾਲ ਵਿੱਚ ਸੀ, ਇਸ ਲਈ ਦੂਤ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਹੜੇ ਵਿੱਚ ਆਣ ਪਹੁੰਚੇ ਨੇ। ਇੱਕ ਪਾਸੇ ਖਾਲਸਾ ਬੈਠਾ ਏ, ਦੂਸਰੇ ਪਾਸੇ ਦੂਤ ਨੇ। ਦੂਤਾਂ ਨੇ ਸਰਦਾਰ ਜੱਸਰ ਸਿੰਘ ਆਲੂਵਾਲੀਏ ਅੱਗੇ ਆਪਣਾ ਪੱਖ ਪੇਸ਼ ਕਰਦਿਆਂ ਹੋਇਆਂ ਇਹ ਗੱਲ ਆਖੀ ਏ ਕਿ ਖਾਲਸਾ ਜੀ, ਤੁਹਾਡੀ ਜੰਗ ਕਿਸੇ ਇਲਾਕੇ ਦੇ ਚੌਧਰੀ ਨਾਲ ਨਹੀਂ, ਤੁਹਾਡੀ ਜੰਗ ਕਿਸੇ ਸੂਬੇਦਾਰ ਨਾਲ ਨਹੀਂ, ਤੁਹਾਡੀ ਜੰਗ ਅਬਦਾਲੀ ਨਾਲ ਸ਼ੁਰੂ ਹੋ ਚੁੱਕੀ ਹੈ। ਔਰ ਇਹ ਵੀ ਸ਼ੁਰੂਆਤ ਵਿੱਚ ਜੋ ਤੁਹਾਡਾ ਨੁਕਸਾਨ ਹੋਇਆ ਹੈ ਉਹ ਸ਼ਾਇਦ ਹੀ ਤੁਸੀਂ ਜ਼ਿੰਦਗੀ ਵਿੱਚ ਭੁੱਲ ਸਕੋ। ਤੁਹਾਡੀ ਜ਼ਿੰਦਗੀ ਵਿੱਚ ਵੱਡੇ ਘੱਲੂਘਾਰੇ ਦੀ ਦਾਸਤਾਨ 5 ਫਰਵਰੀ 1762 ਦਾ ਦਿਨ ਇੱਕ ਪੁੱਲ ਯਾਦ ਹੋਵੇਗੀ, ਤੁਸੀਂ ਭੁਲਾਇਆ ਵੀ ਨਹੀਂ ਇਹਨੂੰ ਭੁੱਲ ਸਕੋਗੇ। ਇੱਕ ਬਹੁਤ ਵੱਡੀ ਤਾਕਤ ਹੈ, ਉਹਦੇ ਨਾਲ ਟੱਕਰ ਲਾ ਕੇ ਅੱਜ ਤੱਕ ਕੋਈ ਜਿੱਤ ਨਹੀਂ ਸਕਿਆ, ਉਸ ਤਾਕਤ ਨੂੰ ਦਬਾ ਨਹੀਂ ਸਕਿਆ। ਔਰ ਹਿੰਦੁਸਤਾਨ ਦੀ ਇੱਕ ਮਾਰਸ਼ਲ ਕੌਮ, ਮਰਾਠਾ ਕੌਮ ਜੋ ਅਬਦਾਲੀ ਦੀ ਈਨ ਬਣ ਚੁੱਕੀ ਏ, ਜੇ ਤੁਸੀਂ ਚਾਹੁੰਦੇ ਹੋ ਤੇ ਤੁਹਾਡੇ ਕੋਲ ਇੱਕ
ਬਹੁਤ ਵਧੀਆ ਸੁਨਹਿਰੀ ਮੌਕਾ ਹੈ ਉਹ ਮੌਕਾ ਕੀ ਹੈ ਕਿ ਐਡੇ ਤਾਕਤਵਰ ਬਾਦਸ਼ਾਹ ਨਾਲ ਤੁਸੀਂ ਦੁਸ਼ਮਣੀ ਛੱਡ ਕੇ ਮਿੱਤਰਤਾ ਵਾਲੇ ਸਬੰਧ ਬਣਾ ਲਵੋ ਔਰ ਇਹ ਪੇਸ਼ਕਸ਼ ਅਬਦਾਲੀ ਵੱਲੋਂ ਤੁਹਾਨੂੰ ਤਾਂ ਦਿੱਤੀ ਗਈ ਹੈ ਕਿ ਤੁਸੀਂ ਬੜੇ ਬਹਾਦਰ ਹੋ ਤੁਸੀਂ ਬੜੇ ਸੂਰਮੇ ਹੋ ਔਰ ਤੁਸੀਂ ਅਣਖ ਤੇ ਗੈਰਤ ਵਾਲੇ ਹੋ ਅਬਦਾਲੀ ਵੀ ਐਸੇ ਹੀ ਬੰਦਿਆਂ ਨਾਲ ਐਸੀ ਕੌਮ ਨਾਲ ਐਸੇ ਮਰਜੀਵੜਿਆਂ ਨਾਲ ਦੋਸਤਾਨਾ ਸੰਬੰਧ ਬਣਾਉਣੇ ਚਾਹੁੰਦਾ ਹੈ ਇਸ ਲਈ ਤੁਹਾਡੇ ਕੋਲ ਇੱਕ ਸੁਨਹਿਰੀ ਮੌਕਾ ਹੈ ਕਿ ਜੇ ਤੁਸੀਂ ਅਬਦਾਲੀ ਨਾਲ ਮਿੱਤਰਤਾ ਵਾਲੇ ਸੰਬੰਧ ਬਣਾ ਲੈਂਦੇ ਹੋ ਤੇ ਅਬਦਾਲੀ ਤੁਹਾਨੂੰ ਪੰਜਾਬ ਦੇ ਰਾਜੇ ਬਣਾ ਦੇਵੇਗਾ ਪੰਜਾਬ ਦੇ ਮਹਾਰਾਜੇ ਬਣਾ ਦੇਵੇਗਾ ਪੰਜਾਬ ਤੁਹਾਡੇ ਹਵਾਲੇ ਕਰ ਦੇਵੇਗਾ ਪੰਜਾਬ ਦੇ ਮਾਲਕ ਤੁਸੀਂ ਹੋਵੋਗੇ ਤੁਹਾਨੂੰ ਦਿੱਲੀ ਹਕੂਮਤ ਦਾ ਕੋਈ ਡਰ ਨਹੀਂ ਹੋਵੇਗਾ ਕਿਉਂਕਿ ਤੁਹਾਡੇ ਮਗਰ ਅਬਦਾਲੀ ਦਾ ਹੱਕ ਹੈ ਕਿੱਡੀ ਵੱਡੀ ਨਿਤਕ ਚਾਲ ਸੀ ਔਰ ਜਦੋਂ ਦੂਤਾਂ ਨੇ ਸਾਰੀ ਗੱਲਬਾਤ ਆਖੀ ਕਿ ਇਹਦਾ ਬਦਲਾ ਤੁਹਾਨੂੰ ਕਰਨਾ ਸਿਰਫ ਇੰਨਾ ਪਏਗਾ ਬਾਦਸ਼ਾਹ ਬਣੋਗੇ ਤੁਸੀਂ ਪੰਜਾਬ ਦੇ ਮਾਲਕ ਬਣੋਗੇ ਪੰਜਾਬ ਦਾ ਤੁਸੀਂ ਇੱਕ ਛੋਟੀ ਦੀ ਸ਼ਰਤ ਹੈ ਅਬਦਾਲੀ ਦੀ ਉਹ ਪ੍ਰਵਾਨ ਕਰ ਲਵੋ ਸ਼ਰਤ ਕੀ ਹੈ ਇੱਕ ਵਾਰ ਲਾਹੌਰ ਦਾ ਆ ਕੇ ਅਬਦਾਲੀ ਦੇ ਸਾਹਮਣੇ ਥੋੜੀ ਦਿਨੀ ਨਜ਼ਰਾਨੇ ਦੀ ਰਕਮ ਧਰ ਦਿਓ ਕਿ ਉਹਦੀ ਈਨ ਪ੍ਰਵਾਨ ਕਰ ਲਵੋ ਤੇ ਉਹ ਤੁਹਾਨੂੰ ਬਾਦਸ਼ਾਹੀਆਂ ਦੇ ਦੇਵੇਗਾ ਜਦੋਂ ਇਹਨਾਂ ਦੂਤਾਂ ਨੇ ਅਬਦਾਲੀ ਦੀ ਈਨ ਮੰਨਣ ਦੇ ਲਈ ਖਾਲਸਾ ਨੂੰ ਆਖਿਆ ਤੇ ਉਸ ਵੇਲੇ ਮੇਰੀ ਕੌਮ ਦੇ ਬਜ਼ੁਰਗਾਂ ਨੇ ਬੈਠ ਕੇ ਕਰਕੇ ਆਪਸ ਵਿੱਚ ਹੀ ਵਿਚਾਰ ਕਰਕੇ ਗੁਰਮਤਾ ਕਰਕੇ ਫੈਸਲਾ ਲੱਗੇ ਦੀਵਾਰ ਵਿੱਚ ਪਹੁੰਚੇ ਨੇ ਅਬਦਾਲੀ ਦੇ ਦੂਤਾਂ ਨੂੰ ਮੁਖਾਤਬ ਹੋ ਕੇ ਮੇਰੇ ਬਜ਼ੁਰਗਾਂ ਨੇ ਜਿਹੜੀ ਆਪਣੀ ਉਸ ਵੇਲੇ ਸੋਚ ਸੀ ਕਿੰਨੀ ਵੱਡੀ ਉੱਚੀ ਨੇਕ ਸੋਚ ਸੀ ਕਦੇ ਵੀ ਆਪਣੇ ਨਿੱਜੀ ਸਵਾਰਥ